ਮੈਂ ਹਰਚਰਨ ਚੋਲਾ ਅਤੇ ਮੇਰਾ ਸਾਥੀ ਤਰਸੇਮ ਚੋਲਾ, ਅਸੀਂ ਦੋਨੋਂ ਤਕਰੀਬਨ ਭਾਰਤ ਪੂਰੇ ਭਾਰਤ ਦੇ ਵਿੱਚ ਘੁੰਮਦੇ ਰਹਿੰਦੇ ਹਾਂ, ਕੁਝ ਵਿਦੇਸ਼ਾਂ ਦੇ ਛੋਟੇ ਮੋਟੇ ਟੂਰ ਵੀ ਲਾਏ ਆ। ਤਾਂ ਪਿਛਲੇ ਦਿਨੀ ਜਿਹੜੇ ਝਾਰਖੰਡ ਦੇ ਦਮਕਾ ਦੇ ਵਿੱਚ ਇੱਕ ਸਪੇਨ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ, ਉਸ ਨੂੰ ਲੈ ਕੇ ਸੱਚੀ ਮਨ ਬਹੁਤ ਜ਼ਿਆਦਾ ਉਦਾਸ ਆ। ਤਾਂ ਜਿਹੜੇ ਇਹ ਲੋਕਾਂ ਦਾ ਇਕੱਠ ਆ, ਇਹ ਰੋਸ ਆ ਕਿ ਅਸੀਂ ਸਿਰਫ ਉਸ ਜਿਹੜੀ ਸਪੇਨ ਲੜਕੀ ਉਹਦੇ ਨਾਲ ਹਮਦਰਦੀ ਪ੍ਰਗਟ ਕਰ ਲਈ ਕਿ ਜੇ ਭਾਰਤ ਦੇ ਵਿੱਚ ਇੰਨਾ ਇਸ ਤਰ੍ਹਾਂ ਹੋਇਆ ਤਾਂ ਉਸ ਲਈ ਅਸੀਂ ਬਹੁਤ ਸ਼ਰਮਿੰਦਾ ਵਾਂ ਕਿ ਸਾਡੇ ਦੇਸ਼ ਦੇ ਵਿੱਚ ਇੰਨਾ ਇਸ ਤਰ੍ਹਾਂ ਹੋਇਆ। ਤਾਂ ਅਸੀਂ ਉਹਨੂੰ ਸਿਰਫ ਇਹ ਸਾਬਤ ਕਰ ਲਈ, ਉਹਨੂੰ ਇਹ ਦੱਸਣ ਲਈ ਕਿ ਅਸੀਂ ਤੇਰੇ ਨਾਲ ਹਾਂ, ਤਾਂ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਸ ਕੁੜੀ ਦੀ ਜਿੰਨਾ ਚਿਰ ਉਹ ਇੱਥੇ ਕਾਨੂੰਨ ਪ੍ਰਕਿਰਿਆ ਦੇ ਵਿੱਚ ਆ, ਉਨਾ ਚਿਰ ਉਹਦੀ ਜਿਹੜੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਤਾਂ ਫਾਸਟ ਟਰੈਕ ਕੋਰਟ ਦੇ ਵਿੱਚ ਲਾ ਕੇ ਇਹਦਾ ਕੇਸ ਜਲਦ ਤੋਂ ਜਲਦ, ਜਿਹੜੇ ਦੋਸ਼ੀ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਕਿ ਤਾਂ ਕਿ ਇਸ ਤੋਂ ਬਾਅਦ ਜਿਹੜੇ ਆਉਣ ਵਾਲੇ ਭਾਰਤ ਦੇ ਵਿੱਚ ਮੱਕੜ ਆ, ਉਹ ਮੰਨ ਲਓ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਅਸੀਂ ਅੱਜ ਇੱਕ ਰਾਈਡ ਦੇ ਥਰੂ ਜਿਹੜਾ ਦੁਮਕਾ ਪਿੰਡ ਝਾਰਖੰਡ ਦੇ ਵਿੱਚ ਸਪੇਨੀ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ, ਉਹਦੇ ਸੰਬੰਧ ਦੇ ਵਿੱਚ ਇੱਕ ਰਾਈਡ ਕੱਢ ਕੇ ਜ਼ੀਰੇ ਦੇ ਵਿੱਚ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿ ਉਸ ਔਰਤ ਨੂੰ ਇਨਸਾਫ਼ ਦਵਾਇਆ ਜਾ ਸਕੇ, ਕਿਉਂਕਿ ਭਾਰਤ ਦੇ ਵਿੱਚ ਇੱਕ ਵਾਰ ਫਿਰ ਇਹ ਸਾਬਤ ਹੋ ਗਿਆ ਕਿ ਇੱਥੇ ਔਰਤ ਆ ਜਿਹੜੀ ਉਹ ਸੁਰੱਖਿਅਤ ਨਹੀਂ ਹੈਗੀ। ਅਤੇ ਅਸੀਂ ਫਰਨਾਂਡਾ ਦੇ ਨਾਲ ਹਾਂ ਕਿਉਂਕਿ ਉਹ ਪਹਿਲਾਂ ਲਗਭਗ 70 ਦੇ ਕਰੀਬ ਕੰਟਰੀਆਂ ਘੁੰਮ ਚੁੱਕੇ ਆ, ਪਰ ਉਹਨਾਂ ਦੇ ਸ਼ਾਇਦ ਦਿਮਾਗ ਵਿੱਚ ਵੀ ਨਹੀਂ ਸੀ ਇਹ ਹੈਗਾ ਕਿ ਸਾਨੂੰ ਭਾਰਤ ਵਿੱਚ ਜਾ ਕੇ ਇਸ ਤਰ੍ਹਾਂ ਦਾ ਦੁਖਦਾਈ ਘਟਨਾ ਦਾ ਸਾਹਮਣਾ ਕਰਨਾ ਪਊਗਾ। ਔਰ ਅਸੀਂ ਅੱਜ ਇਸ ਰੋਸ ਪ੍ਰਦਰਸ਼ਨ ਦੇ ਥਰੂ ਸਰਕਾਰਾਂ ਤੋਂ ਮੰਗ ਕਰਦੇ ਹਾਂ, ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਔਰ ਸਟੇਟ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਘੁੰਮਕੜ ਵਿਦੇਸ਼ਾਂ ਤੋਂ ਆਉਂਦੇ ਆ ਜਾਂ ਆਪਣੀਆਂ ਵੱਖ ਵੱਖ ਸਟੇਟਾਂ ਤੋਂ ਘੁੰਮਣ ਵਾਲੇ ਜਿਹੜੇ ਘੁੰਮਕੜ ਦੂਜੀਆਂ ਸਟੇਟਾਂ ਜਾਂਦੇ ਆ, ਉਹਨਾਂ ਦੀ ਜਿਹੜੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ। ਅੱਜ ਅਸੀਂ ਝਾਰਖੰਡ ਦੇ ਦੁਮਕਾ ਇਲਾਕੇ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਵਾਪਰੀ ਹੈ, ਜਿਹਦੇ ਵਿੱਚ ਸਪੇਨ ਦੀ ਲੜਕੀ ਫਰਨਾਂਡਾ ਨੂੰ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਉਹਦੇ ਪਤੀ ਦੀ ਕੁੱਟਮਾਰ ਕੀਤੀ ਗਈ, ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਜਿਹੜਾ ਸਿਰ ਹੈ ਉਹ ਝੁਕਿਆ। ਅਸੀਂ ਸਮਝਦੇ ਹਾਂ ਕਿ ਅਸੀਂ ਇਸ ਦੇਸ਼ ਦੇ ਵਾਸੀ ਹੋਣ ਦੇ ਨਾਤੇ ਸਾਡੀਆਂ ਵੀ ਧੀਆਂ ਭੈਣਾਂ ਜਿਹੜੀਆਂ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਪੜ੍ਹਦੀਆਂ ਹੈ, ਪਰ ਕਿਸੇ ਦੀ ਧੀ ਭੈਣ ਦੇ ਨਾਲ ਕਿਸੇ ਔਰਤ ਦੇ ਨਾਲ ਸਾਡੇ ਦੇਸ਼ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਹੁੰਦੀ ਹੈ ਤੇ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ। ਅਸੀਂ ਮੰਗ ਕਰਦੇ ਹਾਂ ਵੱਖ ਵੱਖ ਅੱਜ ਜੀਰਾ ਸ਼ਹਿਰ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ, ਵੱਖ ਵੱਖ ਕਿਸਾਨ ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਦੇ, ਹੋਰ ਜਿਹੜੇ ਸਾਡੇ ਵੀਰ ਹੈਗੇ ਆ ਟਰੈਵਲਿੰਗ ਕਰਨ ਵਾਲੇ, ਉਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਸਾਡੀ ਇਹੀ ਮੰਗ ਹੈ ਸਰਕਾਰ ਪਾਸੋਂ ਕਿ ਉਹਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਜੁਰਤ ਕਰਨ ਦੀ ਹਿੰਮਤ ਨਾ ਕਰੇ।